ਕਿੱਦਾਂ ਸਾਰੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਆ ਬਾਈ ਜੀ ਧਿਆਨ ਨਾਲ ਸੁਣਿਓ ਸਾਰੇ ਪਾਸੇ ਸ਼ੇਅਰ ਵੀ ਕਰਿਓ ਕੁਛ ਗੱਲਾਂ ਦੇ ਮੈਂ ਉੱਤਰ ਦੇਣੇ ਆ ਤੁਹਾਡੀਆਂ ਦੇ ਮੈਂ ਕਈ ਜਗ੍ਹਾ ਦੇਖਿਆ ਭਈ ਕਈਆਂ ਨੇ ਵੀਡੀਓ ਪਾਈ ਹੁੰਦੀ ਕੈਨੇਡਾ ਚ ਇਦਾਂ ਨਹੀਂ ਉਦਾਂ ਨਹੀਂ ਤੇ ਲੋਕਾਂ ਨੇ ਇਹ ਲਿਖਿਆ ਹੁੰਦਾ ਵੀ ਹਿੰਦੀ ਦਾ ਕਹਿੰਦਾ ਸਾਰੇ ਹੀ ਪੱਕੇ ਹੋ ਜਾਣੇ ਹਿੰਦੀ ਦਾ ਕਹਿੰਦਾ ਕੰਮ ਹੀ ਕੰਮ ਆ ਕੈਨੇਡਾ ਚ ਹੁਣ ਗੱਲਾਂ ਤੁਹਾਡੇ ਨਾਲ ਮੈਂ ਕਲੀਅਰ ਕਰਨੀਆਂ ਸਾਰੀਆਂ ਸਾਰੇ ਪਾਸੇ ਵੀਡੀਓ ਸ਼ੇਅਰ ਕਰਿਓ ਸਾਰਿਆਂ ਨੂੰ ਪਤਾ ਲੱਗੇ ਮੈਂ ਕਹਿਣਾ ਕੀ ਚਾਹੁੰਦਾ ਆ ਹਾਂਜੀ ਗੱਲਾਂ ਕੁਛ ਰਹਿ ਜਾਂਦੀਆਂ ਤੁਸੀਂ ਵੀ ਦੱਸਿਓ ਮੈਨੂੰ ਤੁਹਾਡਾ ਜੇ ਕੋਈ ਸਵਾਲ ਆ ਮੈਂ ਭੱਜਿਆ ਨਹੀਂਗਾ ਸਾਰੀਆਂ ਗੱਲਾਂ ਸੱਚ ਦੱਸੂਗਾ ਸੋ ਮੈਨੂੰ ਕਈਆਂ ਵੀਰਾਂ ਭਰਾਵਾਂ ਨੇ ਕਿਹਾ ਠੀਕ ਆ ਸਾਰੇ ਉੱਤਰ ਦੇਣ ਆਇਆ ਆਪਾਂ ਦੌੜਦੇ ਨਹੀਂ ਹਾਂਜੀ ਜਿਹੜੀ ਮੈਂ ਗੱਲ ਕਹਿੰਦਾ ਉਹ ਭਾਈ ਮੈਂ ਉੱਦੇ ਨਹੀਂ ਲਾਈਕ ਕਈਆਂ ਨੂੰ ਇਹ ਆ ਸ਼ਾਇਦ ਖਰੇ ਭਈ ਵੀਡੀਓ ਚੱਲੇ ਇਹਦੀ ਝੂਠੀ ਬੋਲੀ ਜਾਂਦਾ ਲੋਕਾਂ ਨੂੰ ਹਾਂਜੀ ਭੋਲਿਆਂ ਭਾਲਿਆਂ ਨੂੰ ਇਦਾਂ ਦਾ ਆਪਣੇ ਨਾ ਦਿਲ ਚ ਆ ਨਾ ਹੈਗਾ ਨਾ ਹੋਣਾ ਆ ਠੀਕ ਆ ਜੀ ਸਾਰੀਆਂ ਗੱਲਾਂ ਦੇ ਉੱਤਰ ਕਲੀਅਰ ਕਰਾਂ ਜਿਹੜਾ ਤੁਹਾਨੂੰ ਸ਼ੰਕ ਆ ਪਹਿਲੀ ਭਈ 2024 ਚ ਕੈਨੇਡਾ ਚ ਸਾਰੇ ਹੀ ਪੱਕੇ ਕਰਦੇ ਨੇ ਉਹਦਾ ਉੱਤਰ ਹੈਗਾ ਇੱਥੇ ਦੇ ਇਮੀਗ੍ਰੇਸ਼ਨ ਮੰਤਰੀ ਨੇ ਆਪਣੀ ਆਈਡੀ ਤੇ ਪਾਇਆ ਆ ਵੀ 2024 ਚ ਆਪਾਂ ਆਉਣ ਵਾਲੇ ਆ ਜਿਹੜੀ ਆਪਣੀ ਰੁੱਤ ਆਉਣੀ ਆ ਸਪਰਿੰਗ ਆਉਣ ਵਾਲੇ ਆ 2-3 ਮਹੀਨਿਆਂ ਚ ਸਪਰਿੰਗ ਆਈ ਜਾਣੀ ਆ ਤੁਹਾਨੂੰ ਪਤਾ ਸੋ ਆਉਣ ਵਾਲੇ 2-3 ਮਹੀਨਿਆਂ ਚ ਉਹਨੇ ਇੱਕ ਲੈ ਕੇ ਆਉਣਾ ਖਾਕਾ ਸੋ ਇਹਨਾਂ ਦਾ ਪਹਿਲਾਂ ਦਾ ਹੀ ਅੱਜ ਤੋਂ 2 ਸਾਲ ਪਹਿਲਾਂ ਇੱਥੇ ਦੇ ਪ੍ਰਧਾਨ ਮੰਤਰੀ ਨੇ ਇਮੀਗ੍ਰੇਸ਼ਨ ਮੰਤਰੀ ਨੂੰ ਕਿਹਾ ਸੀ ਵੀ ਜਿੰਨੇ ਵੀ ਲੋਕ ਕੈਨੇਡਾ ਚ ਜਿਹਨਾਂ ਕੋਲ ਕੁਛ ਵੀ ਹੈ ਨਹੀਂ ਉਹ ਪੱਕੇ ਕਰ ਦਿਓ ਸਾਰੀਆਂ ਗੱਲਾਂ ਮੇਰੀਆਂ ਧਿਆਨ ਨਾਲ ਸੁਣਿਓ ਤਾਂ ਜੋ ਸਾਰੀ ਤਰ੍ਹਾਂ ਸਮਝ ਆ ਜਾਵੇ ਤੁਹਾਨੂੰ ਨਿਊ ਫਾਊਂਡਲੈਂਡ ਦਾ ਜਿਹੜਾ ਵੀ ਪਰਿਵਾਰ ਸਮੇਤ ਆ ਉਹ 20-25 ਹਜ਼ਾਰ ਰੁਪਈਏ ਚ PR ਸਾਰੇ ਉੱਤਰ ਦਊਂਗਾ ਇੱਕ 3 ਕੁ ਕੁਐਸਚਨ ਹੈ ਆਪਣੇ ਲੋਕਾਂ ਦੇ ਜਿਹੜੇ ਮੈਂ ਸੁਣਿਆ ਅੱਗੇ ਦੀ ਅੱਗੇ ਹੋਰਾਂ ਤੋਂ ਪੁੱਛ ਰਿਹਾ ਵੀ ਭਾਈ ਹਿੰਦੀ ਤਾਂ ਇਦਾਂ ਕਹਿੰਦਾ ਠੀਕ ਆ ਪਹਿਲਾਂ ਪੱਕੇ ਵਾਲੀ ਗੱਲ ਮੈਂ ਤੁਹਾਨੂੰ ਸਾਰੀ ਦੱਸਦਾ ਹੋਰ ਵੀ ਦੱਸਦਾ ਆਪਾਂ ਜਿਹੜਾ ਆਪਣਾ ਵਟਸਐਪ ਦਾ ਤਿਆਰ ਕੀਤਾ ਉਹ ਚ ਕੱਲ ਜਰਮਨ ਦਾ ਪਾਇਆ ਸੀ ਅੱਜ ਸਪੇਨ ਦਾ ਪਾਇਆ ਆ ਸਪੇਨ ਤੁਸੀਂ ਜਾ ਸਕਦੇ ਆ ਸਾਬੀ ਨੇ ਮੈਨੂੰ ਦੱਸਿਆ ਸਪੇਨ ਵਾਲੇ ਨੇ ਉੱਥੇ ਦਾ ਇੱਕ ਵੀਜ਼ਾ ਆ ਕੈਨੇਡਾ ਵਾਲੀ ਗੱਲ ਵੀ ਪੂਰੀ ਕਰ ਦੇਣਾ ਸਪੇਨ ਦੀ ਮਾੜਾ ਜਿਹਾ ਦੱਸ ਦਵਾਂ ਮੰਨ ਲਓ ਮੈਂ ਵੀਡੀਓ ਪਾਉਣਾ ਠੀਕ ਹੈ ਸੋਸ਼ਲ ਮੀਡੀਆ ਤੇ ਸੋ ਜਿਹੜਾ ਕੰਮ ਤੁਸੀਂ ਸਪੇਨ ਚ ਰਹਿ ਕੇ ਵੀ ਕਰ ਸਕਦੇ ਆ ਜਿਹੜਾ ਕੰਮ ਤੁਸੀਂ ਇੰਡੀਆ ਕਰਦੇ ਆ ਵੀਡੀਓ ਤਿਆਰ ਕਰਦੇ ਫੋਨ ਨਾਲ ਜਾਂ ਤੁਸੀਂ ਕੋਈ ਪਕਵਾਨ ਦਾ ਕਰਦੇ ਜਾਂ ਜੋ ਵੀ ਹਾਂਜੀ ਜੋ ਵੀ ਭਈ ਤੁਹਾਨੂੰ ਭਈ 8-5 ਨਾ ਹੋਵੇ ਭਈ ਤੁਹਾਨੂੰ ਕੰਮ ਛੱਡ ਕੇ ਆਉਣਾ ਪਵੇ ਤੇ ਫੇਰ ਜਾਣਾ ਪਵੇ ਇਦਾਂ ਦਾ ਨਹੀਂ ਹੁਣ ਮੇਰਾ ਕੰਮ ਆ ਫੋਨ ਲੈ ਕੇ ਮੈਂ ਜਿੱਥੇ ਮਰਜ਼ੀ ਚੱਲ ਜਾਵਾਂ ਠੀਕ ਆ ਨਾ ਸੋ ਮੈਂ ਉਹ ਵੀਜ਼ਾ ਲੈ ਸਕਦਾ ਆ ਉਹ ਮੈਂ ਆਪਣੇ ਉੱਥੇ ਪਾਤਾ ਨੋਮੈਡ ਵੀਜ਼ਾ ਸਪੇਨ ਦਾ ਉਹਦੇ ਦੱਸੂ ਓਕੇ ਜੀ ਮੁੱਦੇ ਤੇ ਆਉਂਦੇ ਆ ਹਾਂਜੀ ਭਾਈ ਕੈਨੇਡਾ ਨੇ ਸਾਰੇ ਹੀ ਪੱਕੇ ਕਰ ਦੇਣੇ ਆ 2024 ਚ ਉਹਦਾ ਉੱਤਰ ਹੈਗਾ ਸਾਰੇ ਨਹੀਂ ਜਿਨ੍ਹਾਂ ਕੋਲ ਕੋਈ ਪੇਪਰ ਹੈ ਨਹੀਂ ਕੁਛ ਵੀ ਹੈ ਨਹੀਂ ਜਿਹੜੇ ਪਿਛਲੇ 5-7 ਸਾਲ ਤੋਂ ਇੱਥੇ ਰਹਿ ਰਹੇ ਆ ਕੰਮ ਕਰ ਰਹੇ ਆ ਇਹ ਹੀ ਨਹੀਂ 2024 ਚ ਕਰਨੇ ਇੱਥੇ ਦਾ ਇੱਕ ਖੇਤਰ ਹੈਗਾ ਕੈਨੇਡਾ ਦਾ ਉੱਥੇ ਪਹਿਲਾਂ ਤੋਂ ਹੀ ਕਰ ਰਹੇ ਆ ਮੰਨ ਲਓ ਮੈਂ ਸੀ ਕੈਨੇਡਾ ਮੇਰੇ ਪੇਪਰ ਸਾਰੇ ਹੀ ਮੇਰੇ ਮਾਲਕ ਨੇ ਤੇ ਇਮੀਗ੍ਰੇਸ਼ਨ ਵਾਲੇ ਨੇ ਮਿਲ ਕੇ ਮੇਰਾ ਕੰਮ ਜ਼ੀਰੋ ਕਰਤਾ ਸੀਗਾ ਮੇਰੇ ਕੋਲ ਕੁਛ ਵੀ ਹੈ ਨਹੀਂ ਸੀ ਚਲੋ ਹੁਣ ਤਾਂ ਹੈਗੀ PR ਮੰਨ ਲਓ ਜੇ ਹੁਣ ਵੀ ਨਾ ਮੇਰੇ ਕੋ ਹੁੰਦੀ ਉਹ ਮੈਨੂੰ ਮਿਲ ਜਾਣੀ ਸੀ ਪਰ ਇੱਥੇ ਲੋਕ ਜਿਹੜੇ ਆ ਜਿਹੜੇ ਇੱਥੇ ਆ ਹੁਣ ਸਟੱਡੀ ਵੀਜ਼ੇ ਤੇ ਆ ਜਾਂ ਹੋਰਾਂ ਕੰਮਾਂ ਤੇ LMO ਤੇ ਉਹ ਫਿਰ ਕਹਿ ਰਹੇ ਯਾਰ ਆਪਾਂ ਪੈਸੇ ਦੇਈ ਜਾਂਦੇ ਸਰਕਾਰ ਨੂੰ ਸਾਨੂੰ ਕਰਨਾ ਨੀਗਾ ਜਿਨ੍ਹਾਂ ਕੋਲ ਸਾਰੇ ਪੇਪਰ ਆ ਉਹਨਾਂ ਨੂੰ ਨਹੀਂ ਕਰਨਾ ਸਮਝੇ ਇਹ ਚ ਹੁਣ ਮੇਰੀ ਥੋੜੋ ਉਹ ਆ ਭਈ ਮੈਂ ਥੋੜੋ ਮਾੜਾ ਆ ਜਿਹੜਾ ਇੱਥੇ ਦੇ ਇਮੀਗ੍ਰੇਸ਼ਨ ਮੰਤਰੀ ਨੇ ਕਿਹਾ ਵੀ ਜਿਹਨਾਂ ਕੋਲ ਕੁਛ ਵੀ ਹੈ ਨੀਗਾ ਕੋਈ ਪੇਪਰ ਨਹੀਂ ਪਿਛਲੇ 5-7 ਸਾਲ ਤੋਂ ਇੱਥੇ ਰਹਿ ਰਹੇ ਆ ਕੰਮ ਕਰ ਰਹੇ ਸਰਕਾਰ ਤੋਂ ਚੋਰੀ ਟੈਕਸ ਵੀ ਨਹੀਂ ਦੇ ਰਹੇ ਕੁਛ ਵੀ ਨਹੀਂ ਕਰ ਰਹੇ ਉਹ ਕਰਨੇ ਆ ਜਿਹਨਾਂ ਕੋਲ ਪੇਪਰ ਆ ਪਰਮਿਟ ਆ ਸਾਰਾ ਕੁਛ ਆ LMO ਆ ਸਟੱਡੀ ਵੀਜ਼ਾ ਆ ਉਹ ਨਹੀਂ ਗੇ ਕਿਉਂਕਿ ਉਹ ਤਾਂ ਆਲਰੇਡੀ ਸਰਕਾਰ ਨੂੰ ਪੈਸੇ ਦੇ ਰਹੇ ਆ ਸਮਝੇ ਮੇਰੀ ਗੱਲ ਮੈਂ ਕਹਿਣਾ ਕੀ ਚਾਹੁੰਦਾ ਵੀ ਜਿਹੜੇ ਚੋਰੀ ਸਰਕਾਰ ਤੋਂ ਕੰਮ ਕਰਦੇ ਆ ਸਰਕਾਰ ਨੂੰ ਟੈਕਸ ਨਹੀਂ ਦੇ ਰਹੇ ਉਹਨਾਂ ਨੂੰ ਇਹਨੇ ਪੇਪਰ ਦੇਣਾ ਵੀ ਆ ਜਾਓ ਭਾਈ ਤੁਸੀਂ ਵੀ ਇੱਧਰ ਆਓ ਪੈਸੇ ਤੁਸੀਂ ਚੋਰੀ ਕੈਸ਼ ਤੇ ਕੰਮ ਕਰਦੇ ਆ ਜਿੱਦਾਂ ਮੈਂ ਕਰਦਾ ਰਿਹਾ ਵੀ ਆਓ ਤੁਹਾਨੂੰ ਪੇਪਰ ਦਈਏ ਤੁਸੀਂ ਜਿੱਦਾਂ ਬਾਕੀ ਸਟੱਡੀ ਵੀਜ਼ੇ ਵਾਲੇ ਜਾਂ ਦੂਜੇ ਕਰਦੇ ਆ ਉਹ ਸਰਕਾਰ ਨੂੰ ਪੈਸਾ ਆਵੇ ਉਹ ਕਰਨੇ ਆ ਸਾਰੇ ਨਹੀਂ ਕਰਨੇ ਠੀਕ ਹੈ ਜੀ ਉਹਨਾਂ 'ਚ 5-7 ਲੱਖ ਲੋਕ ਹੈਗੇ ਆ ਜਿਹਨਾਂ ਕੋਲ ਕੋਈ ਵੀ ਪੇਪਰ ਹੈ ਨਹੀਂ ਕੈਨੇਡਾ 'ਚ ਠੀਕ ਆ ਦੂਜਾ ਨਿਊ ਫਾਊਂਡਲੈਂਡ ਦਾ ਵੀ 20-25 ਹਜ਼ਾਰ ਰੁਪਏ 'ਚ ਸਾਰਾ ਪਰਿਵਾਰ PR ਆ ਸਕਦਾ ਹਾਂਜੀ ਆ ਸਕਦਾ ਫਿਰ ਮੈਂ ਕਹਿੰਦਾ ਉਹ ਕਿੱਦਾਂ ਹੁਣ ਯਾਰ ਉਹ ਥੋੜੋ ਆ ਸਕਦੇ ਆ ਜਿਹਨਾਂ ਨੂੰ ਉਹ ਫਾਰਮ ਹੀ ਨਹੀਂ ਭਰਨਾ ਆਉਂਦਾ ਇਹ 'ਚ ਹੁਣ ਮੇਰਾ ਥੋੜੋ ਕਸੂਰ ਆ ਯਾਰ ਮੈਂ ਵੀ ਤੁਹਾਡੇ ਵਰਗਾ ਆਮ ਇਨਸਾਨ ਆ ਠੀਕ ਆ ਇੱਕ ਤਾਂ ਹੋਵੇ ਭਈ ਮੈਂ ਤੁਹਾਡੇ ਭੋਲੇ ਪਾਉਂਦਾ ਵੀ ਤੁਹਾਨੂੰ ਤੁਸੀਂ ਨਹੀਂ ਇੰਨੀ ਸਟੱਡੀ ਕੀਤੀ ਉਹਦਾ ਮੈਂ ਨਜਾਇਜ਼ ਫਾਇਦਾ ਚੱਕਦਾ ਹੋਵਾਂ ਮੈਂ ਲੋਕਾਂ ਤੋਂ ਪੈਸੇ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹੁਣ ਜਿੰਨੇ ਮੇਰੇ ਵਟਸਐਪ ਤੇ 20 ਹਜ਼ਾਰ ਲੋਕਾਂ ਨੇ ਫੋਲੋ ਕਰ ਲਿਆ ਹੈ ਜਿੰਨੇ ਮੇਰੇ ਆਪਣੇ ਫੋਨ ਤੇ ਮੈਸੇਜ ਆਏ ਉਹ ਮੈਂ ਤੁਹਾਨੂੰ ਵੀ ਦੇ ਦਿੰਦਾ ਮੋਬਾਈਲ ਜਿਨ੍ਹਾਂ ਨੂੰ ਮੇਰਾ ਉਹ ਗਰੁੱਪ ਨਹੀਂ ਲੱਭਦਾ
7788965 प्लस एक ला के 7788918625 प्लस एक कोड़िया 7788965 ये मैं वट्सएप कर दो मैं थोड़ा तो लिंक दे दिना। हाँ मेरे माइंड की आया सी भी भाई जिन इंद्रजीत सिंह जिन्ने तेन मैसेज आन डे भी एक एक इंसान तो भी जे तू $10-10 भी लाए उन्हों का फार्म भरन दे मेरा जेड़ा दिल च आया मैं तुम दिल की गल दसदा भी जे हजार ने भी भरा लिया तेरा तो $10,000 हो गया तेरा तो एक वीक च ही ठीक है वह मैं भर देना सी पर फिर मैं सोचा यार भी जेड़ा फार्म ही नहीं आप भर सकता वह वीजा कितों आजूगा मैं उन्होंने वह फिर हाल ही गल ही आ समझे ना लैने तो मैं $10 ज्यादा नहीं कुछ 500 रुपये अपनी मेहनत का ही सके भी थोड़ा मैं फार्म भर के अप्लाई कर दिना सारा कुछ फिर मेरे दिल च आया जेड़ा फार्म ही नहीं आप भर सकता उन्होंने वीजा कितों आजू समझे ना तुम मेरी गल ਏਦਾਂ ਹੀ ਤੁਹਾਨੂੰ ਇੰਡੀਆ ਚ ਲੁੱਟਿਆ ਜਾਂਦਾ ਮੈਂ ਕਿਹਾ ਫਿਰ ਉਹਨਾਂ ਤਾਂ ਮੇਰੇ ਚ ਉਹ ਕੀ ਰਹਿ ਗਿਆ ਅੰਤਰ ਕੀ ਰਹਿ ਗਿਆ ਯਾਰ ਫੇਰ ਮੇਰੀ ਹੋਇਆ ਆਪਣੇ ਆਪ ਨੂੰ ਮੈਂ ਕਿਹਾ ਨਹੀਂ ਯਾਰ ਜਿਹਨੂੰ ਭਰਨਾ ਆਉਂਦਾ ਉਹ ਆਪ ਹੀ ਭਰੇ ਇੱਦਾਂ ਮੈਂ ਨੀ ਹਾਂਜੀ ਸਮਝੇ ਫਿਰ ਫਾਇਦਾ ਹੀ ਕੋਈ ਨੀ ਜੇ ਤੁਹਾਡਾ ਫਾਰਮ ਹੀ ਨੀ ਭਰ ਹੋਇਆ ਤੁਹਾਡਾ ਉਹ ਨਹੀਂ ਦੇਖਣਾ ਲਾਈਕ ਫੇਰ ਉਹਨੀ ਥੋੜਾ ਤੁਹਾਨੂੰ ਥੋੜਾ ਕਰਨਾ ਯਾਰ ਠੀਕ ਹੈ ਨਾ ਇਹ ਚੱਕਰ ਇੱਦਾਂ ਹੀ ਇੰਡੀਆ ਚ ਕਰਦੇ ਆ ਤੁਹਾਨੂੰ ਜਿਹੜੇ ਲੁੱਟਦੇ ਆ ਬਾਈ ਮੇਰੀ ਹੱਥ ਜੋੜ ਕੇ ਬੇਨਤੀ ਆ ਆ ਜਿਹੜੇ ਠੱਗ ਇੰਡੀਆ ਚ ਤੁਹਾਨੂੰ ਕਹਿੰਦੇ ਆ ਬਈ ਤੁਹਾਨੂੰ ਟਿਕਟ ਵੀ ਦਵਾਂਗੇ ਰਹਿਣ ਦਾ ਵੀ ਦਵਾਂਗੇ ਰੋਟੀ ਇਹ ਸਾਰਾ ਕੁਛ ਝੂਠ ਆ ਉਹ 5-5 ਹਜ਼ਾਰ ਰੁਪਈਆ ਲੈਂਦੇ ਆ ਮੈਡੀਕਲ ਦੇ ਨਾਂ ਤੇ ਤੁਹਾਡੇ ਵਰਗੇ ਹਜ਼ਾਰਾਂ ਲੋਕਾਂ ਤੋਂ ਉਹ ਕਰੋੜਾਂ ਲੈ ਕੇ ਰਫੂ ਚੱਕਰ ਹੋ ਜਾਂਦੇ ਆ ਸੋ ਇਹਨਾਂ ਦੀਆਂ ਗੱਲਾਂ ਚ ਨਾ ਆਇਆ ਕਰੋ ਵੀਰ ਭਰਾ ਮੇਰੇ ਜਿਹੜੇ ਥੋੜੇ ਪੜ੍ਹੇ ਲਿਖੇ ਹੋ ਆ ਜਿਹਨਾਂ ਨੂੰ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਆਉਂਦੀ ਤੁਹਾਡਾ ਤਾਂ ਇੱਕੋ ਹੀ ਹੱਲ ਆ ਤੁਸੀਂ ਤਾਂ ਘੁੰਮਣ ਦੇ ਵੀਜ਼ੇ ਤੇ ਆ ਸਕਦੇ ਆ ਠੀਕ ਆ ਇੱਥੇ ਆ ਕੇ ਰਿਫਿਊਜੀ ਲਾ ਲਓ ਤੇ ਉਹੀ ਆ ਸੋ ਹੋਰ ਕੋਈ ਨਹੀਂ ਵੀ ਤੁਹਾਨੂੰ ਪਰਮਿਟ ਮਿਲ ਜੂ ਤੁਹਾਨੂੰ ਇੱਦਾਂ ਤੁਹਾਨੂੰ ਖੇਤੀ ਵਾਲੇ ਵੀਜ਼ੇ ਤੇ ਇਹ ਸਭ ਠੱਗਾਂ ਦੇ ਚੋਚਲੇ ਆ ਨਾ ਠੱਗੇ ਜਾਇਆ ਕਰੋ ਮੈਂ ਤਾਂ ਬੇਨਤੀ ਕਰਦਾ ਹੱਥ ਜੋੜ ਕੇ ਠੀਕ ਆ ਜੀ ਮੰਨ ਲਓ ਤੁਹਾਡੇ 30-40 ਕਿੱਲੇ ਹੈਗੇ ਆ ਠੀਕ ਆ ਤੁਹਾਡਾ ਘੁੰਮਣ ਵਾਲਾ ਵੀਜ਼ਾ ਹੋ ਸਕਦਾ ਹੈ 2-4 ਦੇਸ਼ ਘੁੰਮ ਲਓ ਆਲੇ ਦੁਆਲੇ ਦੇ ਹੁਣ ਇੰਡੀਆ ਦੇ ਘੱਟੋ ਘੱਟ 30-40 ਦੇਸ਼ ਆ ਤੁਸੀਂ ਇੱਦਾਂ ਹੀ ਜਾ ਸਕਦੇ ਆ ਥੋੜੀ ਆਪਣੀ ਉਹ ਕਰ ਲਓ ਆਪਣੇ ਮੋਹਰਾਂ ਲਵਾ ਲਓ ਤੁਹਾਡਾ ਘੁੰਮਣ ਵਾਲਾ ਇੱਥੇ ਤਾਂ ਲੱਗ ਸਕਦਾ ਆ ਤੇ ਫੇਰ ਤੁਹਾਤੋਂ ਮੰਨ ਲਓ ਆਇਲਸ ਨਹੀਂ ਹੁੰਦੀ ਇੱਥੇ PR ਇਨਸਾਨ ਪਹੁੰਚਦਾ ਜਾਂਦਾ ਇੱਥੇ ਠੀਕ ਆ ਪਰ ਆਇਲ ਤੋਂ ਬਿਨਾ PR ਨਹੀਂ ਹੁੰਦੀ ਰਿਫਿਊਜੀ ਕੇਸ ਆ ਉੱਚ ਨਹੀਂ ਆਇਲ ਉਹ ਚਾਹੀਦੀ ਹੁੰਦੀ ਉਹ PR ਹੋ ਜਾਂਦੀ ਆ ਸੋ ਇੱਥੇ ਕੀ ਕਰਦੇ ਆ ਘੁੰਮਣ ਵਾਲੇ ਵੀਜ਼ੇ ਤੇ ਆਉਂਦੇ ਆ ਹੁਣ ਸਟੱਡੀ ਵਾਲਿਆਂ 'ਚ ਵੀ ਵਾਧਾ ਹੋ ਗਿਆ ਰਿਫਿਊਜੀ ਲਾਉਂਦੇ ਆ ਤੇ ਰਿਫਿਊਜੀ 'ਚ ਉਹ ਨਹੀਂ ਚਾਹੀਦੀ ਹੁੰਦੀ ਅੰਗਰੇਜ਼ੀ ਹਾਂਜੀ ਉਹਦਾ ਨਹੀਂ ਹੁੰਦਾ ਉਹ ਤੁਹਾਡੀ PR ਹੋ ਸਕਦੀ ਆ ਹਾਂਜੀ ਹੁਣ ਖੇਤੀ ਵਾਲੇ ਵੀਜ਼ੇ ਤੇ ਮੈਨੂੰ ਕਾਫੀ ਮਿਲਦੇ ਆ ਭਾਜੀ 40 ਲੱਖ ਲਾਤਾ ਖੇਤੀ ਵਾਲੇ ਵੀਜ਼ੇ ਤੇ ਸਾਲ ਦਾ ਵੀਜ਼ਾ ਆ ਨਾ ਪਤਾ ਵੀ ਮਾਲਕ ਕੌਣ ਆ ਨਾ ਕੋਈ ਰਹਿਣ ਦਾ ਨਾ ਕੋਈ ਕੰਮ ਦਾ ਸਾਲ ਦਾ ਜਾਂਦਾ ਭੱਜਾ ਮੈਨੂੰ ਇਦਾਂ ਦੇ ਕਈ ਮਿਲਦੇ ਆ ਉਹਦਾ ਫਾਇਦਾ ਕੀ ਯਾਰ ਜਿਹੜੇ 40 ਲੱਖ ਆਉਂਦੇ ਲਾ ਕੇ ਮੈਂ ਕਈ ਪਿਛਲੇ 5 ਸਾਲਾਂ ਤੋਂ ਮੈਂ ਕਹਿ ਰਿਹਾ ਜਿਹੜੇ ਸਰਕਾਰੀ ਨੌਕਰੀ ਛੱਡ ਕੇ ਆਉਂਦੇ ਆ 40 ਲੱਖ ਲਾ ਕੇ ਆਉਂਦੇ ਆ ਜਾਂ ਜਿਹਨਾਂ ਕੋਲ ਯੂਰਪ ਦਾ ਪਾਸਪੋਰਟ ਆ ਇਟਲੀ ਵੱਲ ਦਾ ਜਾਂ ਜੋ ਵੀ ਹਾਂਜੀ ਪੁਰਤਗਾਲ ਦਾ ਮੂਰਖਤਾ ਵੀਰ ਮੇਰੇ ਉਹ ਭੁੱਲ ਕੇ ਬਿਨਾਂ ਇੱਥੇ ਆਇਓ ਠੀਕ ਆ ਲੱਡੂ ਖਾ ਕੇ ਦੇਖਣਾ ਆ ਕੇ ਦੇਖ ਲਓ ਮਰਜ਼ੀ ਤੁਹਾਡੀ ਆ ਮੈਂ ਤਾਂ ਇਹੀ ਕਹਿੰਦਾ ਹੁੰਦਾ ਵੀ ਠੀਕ ਆ ਜਿਹਦਾ ਹੁਣ ਮੇਰੇ ਵਰਗੇ ਦਾ ਸਰਦਾ ਹੀ ਨਹੀਂ ਸੀ ਸਾਡਾ ਤਾਂ ਹਾਂਜੀ ਠੀਕ ਆ ਉਹਨਾਂ ਲਈ ਤਾਂ ਠੀਕ ਆ ਜੇ ਤੁਹਾਡਾ ਸਰਦਾ ਆ ਯੂਰਪ 'ਚ ਤੁਹਾਡਾ 5-7 ਸਾਲ ਹੋ ਗਿਆ ਵਧੀਆ ਸੈੱਟ ਆ ਭੁੱਲ ਕੇ ਵੀ ਨਾ ਆਇਓ ਤੁਹਾਡੀਆਂ ਚੀਕਾਂ ਨਿਕਲ ਜਾਣੀਆਂ ਇੱਥੇ ਆ ਕੇ ਜੇ ਕਢਾਉਣੀਆਂ ਤਾਂ ਆ ਕੇ ਦੇਖ ਲਓ ਮੈਂ ਕਿਸੇ ਨੂੰ ਨਹੀਂ ਰੋਕਦਾ ਮੈਂ ਤਾਂ ਸਰਦਾ ਹੀ ਹੁੰਦਾ ਆਓ 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 ਲਓ ਨੇ ਯਾਰੇ ਕੈਨੇਡਾ ਦੇ ਠੀਕ ਹੈ ਨਾ ਇਹ ਚੱਕਰ ਆ ਸੋ ਮੇਨ ਸਵਾਲ ਇਹੀ ਸੀ ਵੀ 2024 'ਚ ਸਾਰੇ ਪੱਕੇ ਕਰ ਦੇਣੇ ਨਹੀਂ ਜੀ ਸਾਰੇ ਕੈਨੇਡਾ ਵਾਲੇ ਨਹੀਂ ਜਿਹਨਾਂ ਕੋਲ ਕੁਛ ਵੀ ਹੈ ਨਹੀਂ ਗਾ ਉਹ 5-7 ਲੱਖ ਲੋਕ ਆ ਰਹਿ ਰਹੇ ਪਹਿਲਾਂ ਹੀ ਮੈਂ ਵੀ ਉਹਨਾਂ 'ਚੋਂ ਇੱਕ ਸੀਗਾ ਚਲੋ ਮੇਰੀ PR ਹੋ ਗਈ ਆ ਤੁਹਾਡੀਆਂ ਦੁਆਵਾਂ ਰੱਬ ਦੇ ਸ਼ੁਕਰ ਨਾਲ ਠੀਕ ਆ ਨਹੀਂ ਤਾਂ ਮੈਂ ਵੀ ਹੋ ਹੀ ਜਾਣਾ ਸੀ ਉੱਚ ਠੀਕ ਆ ਜਿਹਨਾਂ ਕੋਲ ਪੇਪਰ ਆ ਜਿਹੜੇ ਕੰਮ ਕਰਦੇ ਆ ਸਟੱਡੀ ਵਾਲੇ ਉਹ ਨਹੀਂ ਕਰਨੇ ਠੀਕ ਆ ਦੂਜਾ ਨਿਊ ਫਾਊਂਡਲੈਂਡ ਬਹੁਤਿਆਂ ਦੇ ਮੈਸੇਜ ਆਇਆ ਭਾਜੀ ਠੱਗੀ ਤਾਂ ਨਹੀਂ ਹੋਜੂ ਯਾਰ ਠੱਗੀ 'ਚ ਕਾਹਦੀ ਆ ਜੇ ਕਿਸੇ ਨੂੰ ਮੈਨੂੰ ਕਿਹੜਾ ਉਹਨੇ ਕਮਿਸ਼ਨ ਦਿੱਤਾ ਆ ਠੀਕ ਆ ਉਹ ਐਵਰੀ ਈਅਰ ਇਦਾਂ ਕਰਦੇ ਆ ਹੁਣ ਹਾਂ ਇਹਦੇ ਨਾਲ ਦੋ ਗੱਲਾਂ ਆ ਇਹਦੇ ਨਾਲ ਦੋ ਗੱਲਾਂ ਸੋ ਮੈਨੂੰ ਕਈਆਂ ਨੇ ਮੈਂਸ਼ਨ ਕੀਤਾ ਸੀ ਕਿਸੇ ਵੀਰ ਭਰਾ ਨੇ ਵੀਡੀਓ ਪਾਈ ਸੀ ਵੀ ਕੈਨੇਡਾ 'ਚ ਕੰਮ ਹੈ ਨਹੀਂ ਭਰਾਵੋ ਕੈਨੇਡਾ ਤੇ ਆ 5-7 ਸ਼ਹਿਰ ਜਿੱਥੇ ਪੰਜਾਬੀ ਰਹਿੰਦੇ ਉਹ 'ਚ ਕਾਫੀ ਅੰਤਰ ਆ ਕੈਨੇਡਾ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਆ ਤੇ ਆਪਣੇ ਪੰਜਾਬੀ ਉਹ 5-7 ਕਿਸੇ ਵੀ ਰਿਸ਼ਤੇਦਾਰ ਤੋਂ ਪੁੱਛ ਲਿਓ ਜਾਂ ਸਰੀ ਰਹਿੰਦੇ ਹੋਗੇ ਜਾਂ ਉੱਧਰ ਰਹਿੰਦੇ ਹੋਗੇ ਜਾਂ ਹਾਂਜੀ 5 ਸ਼ਹਿਰ ਆ ਜਿੱਥੇ ਪੰਜਾਬੀ ਰਹਿੰਦੇ ਆ ਕੈਨੇਡਾ 'ਚ ਕੰਮ ਹੈਗਾ ਆ ਜਿੱਥੇ ਪੰਜਾਬੀ ਰਹਿੰਦੇ ਉੱਥੇ ਹੈ ਨਹੀਂ ਗਿਆ ਹੁਣ ਤੁਸੀਂ ਆਉਣਾ ਹੀ ਉੱਥੇ ਆ ਹੁਣ ਸਰੀ ਆ ਹੁਣ ਸਾਰਿਆਂ ਨੇ ਆਉਣਾ ਹੀ ਸਰੀ ਆ ਹਾਂਜੀ ਫਿਰ ਇੱਥੇ ਕਿੱਥੇ ਕੰਮ ਮਿਲ ਜੂ
ਹਾਂਜੀ ਸ਼ੱਕ ਤਾਂ ਹੁੰਦਾ ਹੀ ਆ ਬੰਦੇ ਨੂੰ ਵੀ ਇਹ ਰੌਲਾ ਪਾਈ ਜਾਂਦਾ। ਆ ਜਾਓ ਜੀ ਆ ਜਾਓ, ਨਿਊਫਾਊਂਡਲੈਂਡ 20-25 ਹਜ਼ਾਰ ਚ ਪੀਆਰ ਕੰਮ ਪਈ। ਜਿਹੜੇ ਸਾਡੇ ਨਿਆਣੇ ਗਏ ਉਹ ਤਾਂ ਕਹਿੰਦੇ ਕੰਮ ਹੈ ਨਹੀਂ। ਹੁਣ ਮੇਰਾ ਥੋੜਾ ਕਸੂਰ ਆ ਵੀ ਉਹਨਾਂ ਨੇ, ਹੁਣ ਵੀ ਗੱਲ ਤਾਂ ਉਹੀ ਆ। ਹੁਣ ਮੰਨ ਲਓ ਮੈਂ ਆ, ਠੀਕ ਆ, ਮੰਨ ਲਓ ਮੈਂ ਪੀਆਰ ਹੈ ਨਹੀਂ, ਮੇਰੇ ਕੋਲ ਕੰਮ ਹੈ ਨਹੀਂ। ਹੁਣ ਮੈਨੂੰ ਬਾਹਰ ਨਿਕਲ ਕੇ ਹੀ ਦੇਖਣਾ ਪਊਗਾ। ਹੁਣ ਮੈਂ ਸਰੀ ਚ ਰਜਾਈ ਚ ਲੰਮਾ ਪਿਆ ਰਿਹਾ, ਮੈਨੂੰ ਕਿੱਥੋਂ ਭਾਈ ਪੀਆਰ ਜਾ ਕੰਮ ਮਿਲਜੂ। ਮੈਂ ਤਾਂ ਕਹਿੰਦਾ ਵੀ ਭਾਈ ਜਿਹੜੇ ਕੈਨੇਡਾ ਚ ਆਇਓ, ਜਿਨ੍ਹਾਂ ਦੇ ਨਿਆਣੇ ਚ ਸਟੱਡੀ ਤੁਹਾਡੀ ਪੂਰੀ ਹੋ ਗਈ, ਥੋੜਾ ਨਿਕਲ ਕੇ ਤਾਂ ਦੇਖਿਓ। ਨਿਊਫਾਊਂਡਲੈਂਡ ਦੀ ਟਿਕਟ ਲਓ, ਜਾ ਕੇ ਦੇਖੋ ਉੱਥੇ ਮਾਹੌਲ ਚਾਲ ਕੀ ਆ। ਨਹੀਂ ਮਿਲਿਆ ਤਾਂ ਵਾਪਸ ਆ ਜਿਓ ਜਿੱਥੇ ਉੱਥੇ ਤੁਸੀਂ ਪਹਿਲਾਂ ਜਿੱਥੋਂ ਗਏ। ਜੇਲ੍ਹ ਤਾਂ ਨਹੀਂ ਹੋਣ ਲੱਗੀ, ਗੋਲੀ ਤਾਂ ਨਹੀਂ ਮਾਰਨ ਲੱਗੇ, ਸਮਝਦੇ ਨਾ। ਦੇਖਣਾ ਤਾਂ ਨਿਕਲ ਗਈ ਘਰੋਂ ਪੈਣਾ ਆ, ਠੀਕ ਆ। ਮੈਂ ਫੇਰ ਕਹਿੰਦਾ ਬਾਈ ਉਹਨਾਂ ਦਾ ਹੁੰਦਾ ਐਵਰੀ ਈਅਰ ਨਿਊ। ਹਾਂ ਬਹੁਤ ਮੈਸੇਜ ਆ ਭਾਜੀ, ਇਹ ਠੱਗੀ ਤਾਂ ਨਹੀਂ ਕੋਈ ਠੱਗੀ ਯਾਰ? ਤੁਹਾਨੂੰ ਕੀ ਹੋ ਜੂਗੀ, ਤੁਹਾਡੇ ਤੋਂ ਕੀ ਲੈਣਾ ਕੀ ਆ? ਉਹਨੇ ਫੋਨ ਲੈਣਾ, ਤੁਹਾਡੀ ਈਮੇਲ ਲੈਣੀ, ਕੋਈ ਪੈਸਾ ਥੋੜੋ ਲੈਣਾ, ਠੀਕ ਆ ਨਾ। ਇੰਡੀਆ ਤਾਂ ਤੁਸੀਂ 5-5 ਹਜ਼ਾਰ ਰੁਪਈਏ ਦੇ ਦਿੰਦੇ ਮੈਡੀਕਲ ਦੇ ਨਾਂ ਤੇ, ਏਦਾਂ ਓਦਾਂ ਕੋਈ ਪੈਸਾ ਥੋੜੋ ਲੈਣਾ। ਮੰਨ ਲਓ ਮੇਰੇ ਵਾਲੇ ਲਿੰਕ ਤੋਂ ਨਹੀਂ ਅਪਲਾਈ ਕਰਨਾ, ਮੈਨੂੰ ਇਹ ਕਿਹੜਾ ਕੋਈ ਐਮਾਜ਼ੋਨ ਆ ਜਿੱਥੋਂ ਮੈਂ ਤੁਹਾਨੂੰ ਪ੍ਰੋਡਕਟ ਵੇਚ ਰਿਹਾ, ਮੈਨੂੰ ਕਮਿਸ਼ਨ ਥੋੜੋ ਕੋਈ, ਠੀਕ ਆ। ਤੁਹਾਡੇ ਸਭ ਦੇ ਫੋਨ ਚ ਤੁਸੀਂ ਕੀ ਕਰਨਾ, ਨਿਊਫਾਊਂਡਲੈਂਡ ਇਮੀਗ੍ਰੇਸ਼ਨ ਫੇਅਰ ਭਰ ਲਿਓ, ਆਪ ਕਰ ਲਿਓ ਸਰਚ, ਠੀਕ ਆ ਜੀ। ਸਾਰਾ ਤੁਸੀਂ ਆਪਣੀ ਤਸੱਲੀ ਵੀ ਕਰ ਲਿਓ। ਨਿਊਫਾਊਂਡਲੈਂਡ ਇਮੀਗ੍ਰੇਸ਼ਨ ਫੇਅਰ, ਮੈਂ ਤੁਹਾਨੂੰ ਆ ਸਪੈਲਿੰਗ ਦੱਸ ਦਿੰਦਾ ਆ, ਨਿਊਫਾਊਂਡਲੈਂਡ ਇਮੀਗ੍ਰੇਸ਼ਨ ਫੇਅਰ। ਐਨੀ ਸੋਰੀ ਇੱਥੇ ਦਿਖਾਈ ਦਿੰਦਾ, ਸਰਚ ਕੀ ਕਰਨਾ, ਠੀਕ ਆ ਜੀ। ਹੋਰ ਵੀ ਗੱਲਾਂ ਦੱਸਦਾ, ਸੋ ਸ਼ਾਇਦ ਹੁਣ ਤੁਹਾਨੂੰ ਪਤਾ ਲੱਗ ਜੇ ਵੀ ਮੈਂ ਕਹਿਣਾ ਕੀ ਚਾਹੁੰਦਾ। ਹਾਂਜੀ, ਝੂਠ ਆਪਾਂ ਕੁਛ ਕਹੀਦਾ ਨਹੀਂ। ਸੋ ਨਿਊਫਾਊਂਡਲੈਂਡ ਆ ਸਪੈਲਿੰਗ ਦੇਖ ਲਓ, ਇਮੀਗ੍ਰੇਸ਼ਨ ਫੇਅਰ, ਠੀਕ ਹੈ ਜੀ। ਵਿਰਚੁਅਲ ਵਿਰਚੁਅਲ ਹੁੰਦਾ, ਸੋ ਆਹ ਵਾਲਾ ਲਿੰਕ ਨਾ ਆ ਜਾਵੇ, ਕਿਉਂਕਿ ਇਹਨੇ ਸਾਰੀ ਦੁਨੀਆ ਦੇ ਦੇਸ਼ਾਂ ਦਾ ਕਰਨਾ ਸੀ, ਆਹ ਵਾਲਾ ਐਕਸਪਾਇਰ ਹੋ ਚੁੱਕਾ ਆ, ਠੀਕ ਹੈ। ਉਹ ਧਿਆਨ ਨਾਲ ਦੇਖਿਓ ਭਾਈ, ਆਪਣੇ ਸਾਊਥ ਏਸ਼ੀਆ ਵਾਲਾ ਹੀ ਖੋਲਣਾ ਤੁਸੀਂ ਲਿੰਕ। ਆ ਵਿਰਚੁਅਲ ਇਮੀਗ੍ਰੇਸ਼ਨ ਫੇਅਰ, ਇਹ ਤੁਹਾਨੂੰ ਖੋਲ ਕੇ ਦਿਖਾ ਦਿੰਦਾ ਕਿਤੇ ਇਹਤੇ ਪਤਾ ਕੀ ਆਉਂਦਾ ਹੋਣਾ, ਮੈਂ ਤੁਹਾਨੂੰ ਦਿਖਾ ਦਿੰਦਾ। ਆ ਦੇਖਿਓ ਆਏ ਆ ਦੇ ਆ ਦੇ ਲਿਖਿਆ ਨਾ, ਦਾ ਰਜਿਸਟ੍ਰੇਸ਼ਨ ਹੈਵ ਕਲੋਜ਼ਡ, ਏਦਾਂ। ਇਹ ਕਿਉਂਕਿ ਅਫਰੀਕਾ ਦਾ ਸੀਗਾ, ਉਹ ਲਿਖਿਆ ਨਾ ਅਫਰੀਕਾ, ਆਪਾਂ ਸਾਊਥ ਏਸ਼ੀਆ ਵਾਲਾ ਸਾਡਾ 24 ਜਨਵਰੀ ਨੂੰ ਆ, ਦੇਖੋ ਇਹ ਨਾ ਓਪਨ ਕਰਿਓ। ਸੋ ਠੀਕ ਹੈ ਜੀ, ਉਹ ਮੇਰੇ ਵਟਸਐਪ ਤੇ ਮੈਂ ਲਿੰਕ ਪਾਇਆ ਜਿਹੜਾ ਸਾਊਥ ਏਸ਼ੀਆ ਵਾਲਾ, ਸੋ ਉਹ ਕਰ ਲਿਓ। ਮੈਂ ਆਪਣਾ ਮੋਬਾਈਲ ਵੀ ਦੇ ਦਿੱਤਾ ਆ, ਠੀਕ ਹੈ ਜੀ। ਹੋ ਗਈਆਂ ਜੀ ਗੱਲਾਂ ਕਲੀਅਰ ਸਾਰੀਆਂ, ਕੋਈ ਸ਼ੱਕ ਤਾਂ ਨਹੀਂ ਕਿਸੇ ਨੂੰ, ਠੀਕ ਆ। ਤੇ 2024 ਚ ਪੀ ਆਰ ਕਿਹੜੇ ਕਰਨੇ ਆਏ ਨੀ, ਤੇ ਦੂਜਾ ਭਈ ਲੋਕ ਕਹੀ ਜਾਂਦੇ ਵੀ ਕੈਨੇਡਾ ਚ ਤਾਂ ਕੰਮ ਹੈ ਨੀ, ਇਹ ਰੌਲਾ ਪਾਈ ਜਾਂਦਾ ਵੀ ਉੱਥੇ ਕੰਮ ਆ ਪੀ ਆਰ ਆ, ਠੀਕ ਆ। ਉਹਨਾਂ ਨੂੰ ਚਾਹੀਦੇ ਤਾਂ ਹੀ ਉਹ ਕਰਦੇ ਆ, ਉਹ ਅੱਗੇ ਵੀ ਕਰਦੇ ਆ, ਠੀਕ ਆ ਜੀ। ਸੋ ਇਹ ਗੱਲ ਮੈਂ ਮੁੱਕਦੀ ਕਹਿਣੀ ਚਾਹੁੰਦਾ ਆ ਵੀ ਜਿਹੜੇ 4-5 ਸ਼ਹਿਰ ਆ ਜਿੱਥੇ ਤੁਹਾਡੇ ਬੱਚੇ ਆ ਜਾਂ ਤੁਹਾਡੇ ਰਿਸ਼ਤੇਦਾਰ ਆ ਜਾਂ ਤੁਸੀਂ ਆਪ ਆ, ਉਹ ਨੀ ਗਾ ਕੈਨੇਡਾ, ਠੀਕ ਆ। ਆਪਾਂ ਉਹੀ 5 ਸ਼ਹਿਰਾਂ ਨੂੰ ਕਹੀ ਜਾਂਦੇ ਕੈਨੇਡਾ, ਕੈਨੇਡਾ ਬਹੁਤ ਵੱਡਾ ਆ, ਬਾਹਰ ਨਿਕਲ ਕੇ ਦੇਖੋ। ਹੁਣ ਜਿੱਦਾਂ ਫੋਰ ਉਦਾਹਰਨ ਦਿੰਦਾ, ਕੋਚਰੇਨ ਸ਼ਹਿਰ ਆ ਇੱਕ ਇੱਧਰ, ਉੱਥੇ $10, ਕਈ ਸ਼ਹਿਰਾਂ ਚ $10 ਵੀ ਨੀ, ਮੁਫ਼ਤ ਹੀ। ਉਹ ਕਹਿੰਦੇ ਥਾਂ ਲਾਓ ਥਾਂ। ਹੁਣ ਆ ਮੈਂ ਸਰੀ ਚ ਖੜਾ, ਠੀਕ ਆ ਜੀ, ਇਹ ਜਿੱਥੇ ਮੈਂ ਰਹਿ ਰਿਹਾ ਇਹ ਘਰ $20 ਲੱਖ ਦਾ, ਠੀਕ ਆ ਨਾ। ਸੋ ਇੱਥੇ ਬਾਕੀ ਤਾਂ ਲੱਕੜਾਂ ਹੀ ਆ, ਇੱਥੇ ਘਰ ਲੱਕੜ ਦੇ ਹੁੰਦੇ ਆ, ਲੱਕੜ ਆ ਸਾਰੀ ਲੱਕੜ ਆ, ਠੀਕ ਆ। ਉੱਥੇ ਕੋਚਰੇਨ ਜਾਂ ਹੋਰ ਸ਼ਹਿਰਾਂ ਚ ਉਹ ਮੁਫ਼ਤ ਦਿੰਦੇ ਆ ਤੁਹਾਨੂੰ ਜ਼ਮੀਨ, ਵੀ ਘਰ ਪਾਓ। ਹੁਣ 20 ਲੱਖ ਚੋਂ 15 ਲੱਖ ਮੁੱਲ ਇੱਥੇ ਜ਼ਮੀਨ ਦਾ ਆ, ਸਮਝੇ। ਸੋ ਇੰਡੀਆ ਦੇ 8-8 ਕਰੋੜ ਰੁਪਏ ਦੀ ਜ਼ਮੀਨ ਹੀ ਮਿਲਦੀ ਹੈ ਇੱਥੇ ਹੋਮ ਪਾਉਣ ਲਈ, ਉਹ ਮੁਫ਼ਤ ਦੇ ਰਹੇ ਆ, ਉਹ ਵੀ ਕੈਨੇਡਾ ਚ ਹੀ ਆ। ਸੋ ਮੈਂ ਸ਼ਾਇਦ ਹੁਣ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਹੋਣਗੀਆਂ। ਵੀ ਜੇ ਕਿਸੇ ਨੂੰ ਲੱਗਾ ਵੀ ਭਾਈ ਹਿੰਦੀ ਝੂਠ ਮਾਰੀ ਜਾਂਦਾ, ਝੂਠ ਕੋਈ ਨੀ ਗਾ, ਆਪਣੀਆਂ ਜੋ ਆਪਾਂ ਗੱਲਾਂ ਕਹੀਆਂ ਆਪਾਂ ਉਹ ਗੱਲਾਂ ਤੇ ਕਾਇਮ ਆ। ਇਹ ਕੋਈ ਲਾਈਕ ਲੈਣ ਲਈ ਜਾਂ ਸ਼ੇਅਰ ਲੈਣ ਲਈ ਨੀ ਗੱਲਾਂ ਕੀਤੀਆਂ। 24 ਚ ਜਿਹਨਾਂ ਕੋਈ ਪੇਪਰ ਹੈ ਨੀ ਉਹ ਪੱਕੇ ਹੋਣੇ, ਨਿਊਫਾਊਂਡਲੈਂਡ ਵਾਲਾ 24 ਜਨਵਰੀ ਨੂੰ ਹੋ ਰਿਹਾ, ਉਹ ਚ ਠੱਗੀ ਕੋਈ ਨੀ। ਮੇਰੇ ਵਟਸਐਪ ਤੇ ਲਿੰਕ ਪਾਇਆ ਹੋਇਆ ਜਿਹੜਾ, ਸੋ ਉੱਤੋਂ ਚੱਕ ਲਿਓ, 7788965 ਤੇ ਮੈਨੂੰ ਕਰ ਦਿਓ। ਤੇ ਬਾਕੀ ਕੀ ਕਹਿੰਦੇ ਹੁੰਦੇ ਮੱਛੀ ਥੋਮਸ, ਫਿਸ਼ ਥੋਮਸ, ਉਹਦੀ ਮੈਂ ਕਰਾਉਣੀ ਆ। ਕੱਲ ਉਹਦੀ ਮੈਨੂੰ ਫੇਰ ਗੱਲ ਆਈ ਸੀ, ਹੈਗਾ ਉਹ ਗੰਦਾ ਅੰਡਾ ਹੀ ਆ, ਠੀਕ ਆ। ਗੱਲਾਂ ਕਰਨ ਲੱਗ ਪਿਆ ਤੂੰ ਔਰਤਾਂ ਦੀ ਨੀ ਉਹ ਕਰਦਾ, ਤੂੰ ਏਦਾਂ ਓਦਾਂ ਸਤਿਕਾਰ ਨੀ ਕਰਦਾ ਔਰਤਾਂ ਦਾ। ਮੈਂ ਮੋਰਿਆ ਗਾ, ਮੈਂ ਕਿਹਾ ਤੈਨੂੰ ਆਪਣਾ ਚੇਤਾ ਤ੍ਰਿਪਾਠੀ, ਜਿਹਨਾਂ ਇਹਨੇ 2-3 ਨਾਲ ਵਿਆਹ ਕਰਾਇਓ, ਉਹ ਸੀਗੀ ਨਾ, ਉਹ ਮੁੰਡਾ ਸੀ ਨਾ ਕੁੜੀ ਸੀ, ਹਨਾ। ਸੋ ਮੈਂ ਏਦਾਂ ਤਾੜੀ ਮਾਰ ਕੇ ਕਰਤਾ ਤੇ ਉਹਨੇ ਉਹ ਪਾ ਦਿੱਤੀ ਆਪਣੇ ਕਲਿੱਪ, ਉਹ ਕਰਕੇ ਪੂਰੀ ਵੀਡੀਓ ਪਾ ਮੱਛੀ ਥੋਮਸ, ਜਿਹੜੀ ਤੇਰੀ ਮੈਂ ਜਿਹੜਾ ਤੇਰਾ ਮੈਂ ਰਾਹੁਲ ਗਾਂਧੀ ਵਾਲਾ ਮੈਂ ਹੈ ਕਰਾਇਆ, ਉਹ ਵੀ ਪਾ ਦੇ ਪੁੱਤ, ਠੀਕ ਹੈ ਜੀ। 2-3 ਕਮੈਂਟ ਪੜ ਲੈਂਦੇ ਆ ਤੇ ਦੱਸ ਦਿਓ ਭਾਈ ਕਿਸੇ ਦਾ ਕੋਈ ਸਵਾਲ ਹੋਵੇ, ਠੀਕ ਹੈ ਜੀ। ਹੁਣ ਕਲੀਅਰ ਹੋ ਗਿਆ ਸਾਰਾ ਕੁਛ ਵੀ ਕਿੰਨੇ ਪੀ ਆਰ ਹੋਣੇ ਆ ਤੇ ਕਿੱਥੇ ਆ ਉਹ ਸਿਸਟਮ ਆ ਸਾਰਾ, ਠੀਕ ਹੈ। ਕੋਈ ਸਵਾਲ ਹੋਵੇ ਤਾਂ ਦੱਸ ਦਿਓ ਬਾਈ ਜੀ, ਸਹੀ ਆ ਨਾ।
ਤੇ ਬਾਕੀ ਆ ਥੌਮਸ ਮੱਛੀ ਥੌਮਸ ਤੇਰੀ ਮੈਂ ਕਰਾ ਕੇ ਰੱਖਣੀ ਆ ਕਲਿੱਪ ਇੰਨੀ ਕੁ ਉਹ ਕਰਕੇ ਤੂੰ ਲੋਕਾਂ ਨੂੰ ਕਹਿੰਦਾ ਤੇ ਹਿੰਦੀ ਏਦਾਂ ਆਉਂਦੀ ਓਦਾਂ ਮੈਂ ਤੇਰੀ ਏਦਾਂ ਹੀ ਮੈਂ ਕਰਾ ਕੇ ਰੱਖਣੀ ਆ ਰਾਹੁਲ ਗਾਂਧੀ ਦਾ ਮੁੰਡਿਆ ਇਹਦਾ ਨਾਂ ਆਪਾਂ ਰੱਖ ਲਿਆ ਮੱਛੀ ਥੌਮਸ ਦਾ ਰਾਹੁਲ ਗਾਂਧੀ ਦਾ ਹਾਂਜੀ ਹੋਰ ਬਾਈ ਕਿਸੇ ਦਾ ਕੋਈ ਸਵਾਲ ਹੈ ਤਾਂ ਦੱਸ ਦੋ ਫਿਰ ਤੇ ਬਸ ਸਾਰੇ ਆਪਣਾ ਫੋਲੋ ਕਰ ਲਓ ਤੇ ਉੱਚ ਆਪਾਂ ਪਾਈ ਜਾਂਦੇ ਕੋਈ ਸਵਾਲ ਹੋਵੇ ਭਰਾਵੋ ਕੋਈ ਸਵਾਲ ਕੋਈ ਕਿਸੇ ਦਿਮਾਗ 'ਚ ਗੱਲ ਨਾ ਹੋਵੇ ਵੀ ਭਾਈ ਯਾਰ ਹਿੰਦੀ ਝੂਠ ਬੋਲ ਗਿਆ ਸਾਨੂੰ ਏਦਾਂ ਨੀ ਚਾਹੀਦਾ ਪਿਛਲੇ 5-6 ਸਾਲ ਤੋਂ ਨਾ ਕਿਸੇ ਬੰਦੇ ਤੋਂ ਦੁੱਕੀ ਖਾਧੀ ਆ ਨਾ ਖਾਣੀ ਆ ਠੀਕ ਆ ਜਿੰਨੇ ਯੋਗੇ ਹੈਗੇ ਆ ਬਸ ਸਰਬੱਤ ਦੇ ਭੱਲੇ ਵਾਲੇ ਕਨਸੈਪਟ ਤੇ ਹੈਲਪ ਨੂੰ ਹੀ ਤੁਰੇ ਹੋਵਾਂ ਜੇ ਕਿਸੇ 'ਚ ਸਕਿੱਲ ਹੋਈ ਉਹਦਾ ਨਿਊ ਫਾਊਂਡਲੈਂਡ ਵਾਲਾ ਵੀਜ਼ਾ ਮਿਲਜੂ ਜਿਹਨੂੰ ਨਹੀਂ ਫਾਰਮ ਭਰਨਾ ਆਉਂਦਾ ਜੋ ਵੀ ਆ ਉਹ ਰਹਿਣੇ ਦਿਓ ਭਰਾਵੋ ਹਾਂਜੀ ਠੀਕ ਆ ਨਾ ਸੋ ਉਹਨੀ ਵੀ ਹੁਣ ਮੰਨ ਲਓ ਮੈਂ ਮਾਲਕ ਆ ਮੈਨੂੰ ਹੁਣ ਮੇਰਾ ਵੀ ਹਿੰਦੀ ਰੇਡੀਓ ਰਜਿਸਟਰਡ ਆ ਮੈਂ ਵੀ 3 LMO ਕਰਾ ਸਕਦਾ ਆ ਉਹ ਜੇ ਉਹ ਮੈਂ ਰੇਡੀਓ ਦਾ ਜੇ ਕਰਨਾ ਆ ਉਹ ਜੇ ਮੇਰੇ ਨਾਲ ਕੋਈ 1 ਸਾਲ ਤੱਕ ਕੰਮ ਕਰੂ ਮੈਂ ਉਹਨੂੰ ਚੈੱਕ ਭੇਜੂਗਾ ਉਹ ਦੱਸੂਗਾ ਕੀ ਹਿਸਾਬ ਦਾ ਬਾਈ ਸਵਾਲ ਕੋਈ ਕਿਸੇ ਦਾ ਹੈਗਾ ਤਾਂ ਦੱਸ ਦੋ ਫਿਰ ਠੀਕ ਆ ਜੀ ਤੇ ਜਾਂਦੇ ਜਾਂਦੇ ਵਟਸਐਪ ਦਾ ਲਿੰਕ ਪਾ ਦਿੱਤਾ ਆ ਤੇ ਇੱਕ ਗੱਲ ਆ ਯਾਰ ਉੱਦਾਂ ਹੁੰਦਾ ਹੀ ਆ ਸਾਰਿਆਂ ਨੂੰ ਹੁਣ ਮੈਂ ਕਹਿੰਦਾ ਰਹਿੰਦਾ ਮੇਰੀ ਕਲਿੱਕ ਕਰ ਦੋ ਤਾਂ ਵੀ ਕਰਦਾ ਨੀ ਵਟਸਐਪ ਤੇ 20,000 ਲੋਕ ਜਮ੍ਹਾਂ ਹੋ ਗਏ ਆ ਦੇਖ ਲਓ 1 ਵੀਕ ਚ ਹੀ ਅੱਜ ਮੈਂ ਸਪੇਨ ਦਾ ਪਾ ਕੇ ਆ ਤੁਹਾਨੂੰ ਮੈਂ ਦਿਖਾ ਦਿੰਦਾ ਤੇ ਜਰਮਨ ਦਾ ਵੀ ਲਿੰਕ ਪਾਉਣਾ ਕੱਲੇ ਕੈਨੇਡਾ ਦਾ ਨੀ ਹੁਣ ਕੀਨੀਆ ਦੇਸ਼ ਆ ਕੀਨੀਆ ਚ ਵੀਜ਼ਾ ਚਾਹੀਦਾ ਹੀ ਨੀ ਸਾਰੀ ਦੁਨੀਆ ਲਈ ਉਹਨੇ ਓਪਨ ਕਰਤਾ ਠੀਕ ਹੈ ਆ ਮੈਂ ਪਾਇਆ ਲਿੰਕ ਹੁਣ ਸਪੇਨ ਦਾ ਇਹ ਹੈਗਾ ਨੋਮੈਡ ਵੀਜ਼ਾ ਠੀਕ ਹੈ ਜੀ ਇਹ ਕਿੱਦਾਂ ਆ ਹੁਣ ਮੰਨ ਲਓ ਮੈਂ ਵੀਡੀਓ ਇੱਥੇ ਤਿਆਰ ਕਰਦਾ ਭਈ ਮੈਂ ਸਪੇਨ ਵੀ ਜਾ ਕੇ ਤਿਆਰ ਕਰ ਸਕਦਾ ਹੈ ਵੀ ਜਿਹੜਾ ਕੰਮ ਤੁਸੀਂ ਫੋਨ ਤੇ ਕਰਦੇ ਆ ਜਾਂ ਜੋ ਵੀ ਆ ਜਿਹੜਾ ਕੰਮ ਤੁਸੀਂ ਸਪੇਨ ਚ ਵੀ ਰਹਿ ਕੇ ਕਰ ਸਕਦੇ ਆ ਇਹ ਵੀਜ਼ਾ ਤੁਸੀਂ ਅਪਲਾਈ ਕਰ ਸਕਦੇ ਆ ਨੋਮੈਡ ਵੀਜ਼ਾ ਸਪੇਨ ਦਾ ਇਹ ਦੇਖ ਲਿਓ ਜੀ ਤੇ ਆਪਾਂ ਡੈਨਮਾਰਕ 'ਚ ਸਭ ਤੋਂ ਵੱਧ ਦੁਨੀਆ ਦੇ ਸਾਈਕਲਾਂ ਵਾਲਾ ਦੇਸ਼ ਆ ਉੱਥੇ ਪੈਂਚਰ ਲਾਉਣ ਵਾਲੇ ਨਹੀਂ ਮਿਲਦੇ ਪਏ ਆ ਤੁਹਾਨੂੰ ਮੈਂ ਦਿਖਾ ਦਿੰਦਾ ਗੱਲ ਤੁਹਾਨੂੰ ਤਾਂ ਹਾਸੇ ਵਾਲੀ ਹੋਣੀ ਆ ਵੀ ਭਰਾਵੋ ਪੈਂਚਰ ਲਾਉਣ ਵਾਲੇ ਨਹੀਂ ਮਿਲਦੇ ਪਏ ਸਾਈਕਲ ਠੀਕ ਕਰਨ ਵਾਲੇ ਨਹੀਂ ਡੈਨਮਾਰਕ 'ਚ ਮਿਲਦੇ ਪਏ ਆ ਦੇਖ ਲਓ ਭਰਾਵੋ ਆ ਦੇ ਬਾਈ ਸਾਈਕਲ ਮਕੈਨਿਕ ਆ ਦੇਖ ਲਓ ਸਾਈਕਲ ਠੀਕ ਕਰਨ ਵਾਲਿਆਂ ਦੀ ਕਾਫੀ ਕਮੀ ਹੈ ਡੈਨਮਾਰਕ 'ਚ ਦੁਨੀਆ 'ਚ ਸਭ ਤੋਂ ਵੱਧ ਸਾਈਕਲ ਵੀ ਕਿਉਂਕਿ ਉੱਧਰ ਹੀ ਆ ਡੈਨਮਾਰਕ ਵੀ ਤੁਹਾਨੂੰ ਪਤਾ ਹੀ ਆ ਡੈਨਮਾਰਕ ਦਾ ਸੋ ਦੇਖ ਲਓ ਠੀਕ ਹੈ ਜੀ ਆਪਣਾ ਨਿਊ ਫਾਊਂਡਲੈਂਡ ਵਾਲਾ ਲਿੰਕ ਆ ਪਾਇਆ ਹੋਇਆ ਇਸ ਤੇ ਕਲਿੱਕ ਕਰਿਓ ਤੇ ਇਸ ਤੋਂ ਫਿਰ ਤੁਸੀਂ ਫਿੱਲ ਕਰ ਸਕਦੇ ਆ ਠੀਕ ਹੈ ਜੀ ਆ ਸਮਝਾਇਆ ਵੀ ਹੋਇਆ ਕਿੱਦਾਂ ਫਿੱਲ ਕਰਨਾ ਠੀਕ ਹੈ ਜੀ ਤੇ ਕਿੰਨਿਆਂ ਨੇ ਆਪਣੇ 20,000 19,071 ਲੋਕਾਂ ਨੇ ਫੋਲੋ ਕਰ ਲਿਆ ਸਭ ਤੋਂ ਵੱਡਾ ਫਾਇਦਾ ਤੁਹਾਡਾ ਮੋਬਾਈਲ ਨਹੀਂ ਕਿਸੇ ਕੋ ਜਾਣਾ ਮੇਰੇ ਕੋ ਵੀ ਨਹੀਂ ਆਉਣਾ ਸੋ ਬਿਨਾ ਡਰੋਂ ਤੁਸੀਂ ਇਹ ਮੇਰਾ ਫੋਲੋ ਕਰ ਸਕਦੇ ਆ ਤੇ ਕਰਨਾ ਕਿੱਦਾਂ ਜਿਹੜਾ ਮੈਂ ਮੋਬਾਈਲ ਦਿੱਤਾ ਉੱਤੇ ਮੈਸੇਜ ਕਰ ਦੋ 7788952568 ਜਾਂ ਫਿਰ ਆ ਲਾਈਵ ਚੱਲਦੇ ਤੇ ਹੀ ਮੈਂ ਪਾਇਆ ਲਿੰਕ ਠੀਕ ਹੈ ਜੀ ਆ ਲਾਈਵ ਚੱਲਦਾ ਨਾ ਇੱਥੇ ਮੈਂ ਲਿੰਕ ਪਹਿਲਾਂ ਹੀ ਪਾ ਦਿੱਤਾ ਆ ਦੇ ਵਟਸਐਪ ਆ ਲਓ ਜੀ ਆ ਵਟਸਐਪ ਪਹਿਲਾਂ ਹੀ ਲਿੰਕ ਪਾ ਦਿੱਤਾ ਤੇ ਵਿਊ ਚੈਨਲ ਤੇ ਕਰਨਾ ਡਾਊਨਲੋਡ ਤੇ ਨਹੀਂ ਕਲਿੱਕ ਕਰਨਾ ਲਓ ਜੀ ਇੱਥੋਂ ਓਪਨ ਹੋ ਜਾਣਾ ਓਕੇ ਜੀ ਸਾਰਿਆਂ ਸ਼ੇਅਰ ਕਰਿਓ ਵੱਧੋ ਵੱਧ ਤੇ ਇੱਕ ਬੇਨਤੀ ਜਾਂਦਾ ਜਾਂਦਾ ਕਰ ਦਿੰਦਾ ਵੈਸੇ ਮੰਨਦਾ ਤਾਂ ਕੋਈ ਹੈ ਨਹੀਂਗਾ ਠੀਕ ਆ ਪਰ ਸ਼ਾਇਦ ਕਿਸੇ ਦਿਨ ਲੋਕਾਂ ਨੂੰ ਹੋਜੂ ਮਹਿਸੂਸ ਯਾਰ ਭਈ ਲੋਕਾਂ ਦੇ ਭਲੇ ਵਾਲੀਆਂ ਚੀਜ਼ਾਂ ਕਰਦਾ ਸੀ ਵੀ ਇਹ ਕਿਹੜਾ ਸਾਤ ਤੋਂ ਕੋਈ ਪੈਸੇ ਉਹ ਕਹਿੰਦਾ ਵੀ ਕਲਿੱਕ ਕਰਨ ਦੇ ਕਿਹੜਾ ਤੁਹਾਡਾ ਖਰਚਾ ਆਉਣਾ ਆ ਲਓ ਜੀ ਤੇ ਆਪਾਂ ਪਾ ਦਿੱਤੀ ਇੱਥੇ ਕਲਿੱਕ ਕਰੋ ਹਾਂਜੀ ਬਸ ਫੋਲੋ ਕਰਕੇ ਆ ਲਓ ਹਿੰਦੀ ਰੇਡੀਓ ਤੇ ਇੱਕ ਇੱਥੇ ਐਡ ਆਉਣੀ ਆ ਇੱਕ ਥੱਲੇ ਆਉਣੀ ਆ ਲਓ ਜੀ ਆਹ ਦੇ ਇੱਥੇ ਆ ਗਈ ਐਡ ਆ ਗਈ ਇੱਕ ਥੱਲੇ ਆ ਗਈ ਐਡ ਦੇਖ ਕੇ ਉਹਨਾਂ ਦੀ ਵਾਪਸ ਆ ਜਾਣਾ ਆ ਲਓ ਇੰਨਾ ਕੰਮ ਆ ਯਾਰ ਮੈਨੂੰ ਨਹੀਂ ਪਤਾ ਇਹ ਕਾਹਦੇ ਨਹੀਂ ਕਰਦੇ ਸਮਝਦੇ ਨਾ ਠੀਕ ਆ ਨਾ ਇੰਨਾ ਕੰਮ ਆ ਆ ਲਓ ਬੈਗ ਚ ਆ ਕੇ ਫਿਰ ਦੂਜੀ ਐਡ ਤੇ ਕਲਿੱਕ ਕਰ ਦੇਣਾ ਹਾਂਜੀ ਸੋ ਆਹ ਦੇ ਤਿੰਨ ਧਾਰੀਆਂ ਤੇ ਦੱਬੂਗੇ ਇੱਥੇ ਆ ਸ਼ੋਸ ਜਾਂ ਅਬਾਊਟ ਅਸ ਕਿਸੇ ਇੱਕ ਤੇ ਕਲਿੱਕ ਕਰੋ ਫਿਰ ਐਡ ਉੱਪਰ ਹੀ ਆ ਜਾਣੀ ਆਹ ਦੇ ਉੱਪਰ ਹੀ ਐਡ ਆ ਗਈ ਠੀਕ ਆ ਸੋ ਕਰ ਦਿਓ ਜੀ ਤੇ ਠੀਕ ਆ ਜੀ ਤੇ ਸ਼ੁਕਰੀਆ ਤੇ ਥੈਂਕ ਯੂ ਸਾਰਿਆਂ ਦਾ ਆਈ ਹੋਪ ਸਾਰੀਆਂ ਗੱਲਾਂ ਕਲੀਅਰ ਹੋ ਗਈਆਂ ਵੀ ਕੈਨੇਡਾ 'ਚ ਕੰਮ ਹੈਗਾ ਜਾਂ ਨਹੀਂ ਹੈਗਾ ਠੀਕ ਆ ਤੇ PR ਕਿਹੜੇ ਹੋਣੇ ਆ ਠੀਕ ਆ ਹੋਰ ਕੋਈ ਕਿਸੇ ਦਾ ਸਵਾਲ ਹੋਵੇ ਭੱਜਦੇ ਨਹੀਂ ਭਰਾਵੋ ਵੀਡੀਓ ਇੱਥੇ ਤੁਹਾਨੂੰ ਪਾਵਾਂਗੇ ਤੇ ਬਾਕੀ ਹਾਂ ਇਹ ਵੀਡੀਓ ਮੈਂ ਜ਼ਰੂਰ ਪਾਉਣੀ ਆ ਵੀ ਜਿਹੜੇ 5-7 ਸ਼ਹਿਰਾਂ 'ਚ ਪੰਜਾਬੀ ਆ ਜਿੱਥੇ ਕੰਮ ਹੈ ਨੀਗਾ ਉੱਥੇ ਸ਼ੋਸ਼ਣ ਕਿੱਦਾਂ ਹੁੰਦਾ ਆ ਦਿਮਾਗੀ ਸ਼ੋਸ਼ਣ ਹੁੰਦਾ ਜਿਸਮਾਨੀ ਸ਼ੋਸ਼ਣ ਹੁੰਦਾ ਸਰੀਰਕ ਸ਼ੋਸ਼ਣ ਜਾਂ ਜੋ ਵੀ ਆ ਆਪਣੀਆਂ ਬੀਬੀਆਂ ਭੈਣਾਂ ਜਿਹੜੀਆਂ ਯਾਤਰੀ ਵੀਜ਼ੇ ਤੇ ਆਉਂਦੀਆਂ ਮਾਤਾਵਾਂ ਆਪਣੀਆਂ 50-60 ਸਾਲ ਵਾਲੀਆਂ ਉਹਨਾਂ ਨੂੰ $1 ਹਾਂਜੀ ਸਹੀ ਸੁਣਿਆ ਤੁਸੀਂ $2 10 ਘੰਟਿਆਂ ਦੇ ਉਹਨਾਂ ਨੂੰ $2 ਮਿਲਦੇ ਆ ਰੋਟੀਆਂ ਪਕਾਉਣ ਦੇ $2 ਤੁਸੀਂ ਕਹਿਣਾ ਝੂਠ ਭਰਾਵੋ ਝੂਠ ਹੈ ਦੋ ਵੀ ਜ਼ਿਆਦਾ ਆ ਇੱਥੇ ਤਾਂ ਮਹੀਨਾ ਕੰਮ ਕਰਾ ਕੇ ਭਾਂਡੇ ਧੋ ਕੇ ਕਹਿੰਦੇ ਨਹੀਂ ਜੀ ਸਾਨੂੰ ਤੇਰਾ ਕੰਮ ਹੀ ਨਹੀਂ ਪਸੰਦ ਆਇਆ 0 ਅੰਡਾ ਇੱਦਾਂ ਦੇ ਹਾਲ ਆ
ਦੱਸਾਂਗਾ ਬਾਈ ਜੀ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਭਾਈ ਪੰਜਾਬੀਆਂ ਦੀ ਬੱਲੇ ਬੱਲੇ ਪੰਜਾਬੀ ਪੰਜਾਬੀ ਦੇ ਕੰਮ ਆਉਂਦਾ ਇੰਡੀਆ ਮੇਲਿਆਂ ਚ ਐਡੀਆਂ ਐਡੀਆਂ ਫੋਟੋਆਂ ਲਵਾਉਂਦੇ ਇੰਨੇ ਦੇ ਉੱਤੇ ਪੈਸੇ ਇੰਨੇ ਦੇ ਉੱਤੇ ਕਿੱਦਾਂ ਖੂਨ ਪਸੀਨਾ ਕਿਹਦਾ ਚੂਸ ਕੇ ਉਹ ਪੈਸੇ ਦਿੱਤੇ ਸਾਰਾ ਤੁਹਾਨੂੰ ਦੱਸੂ ਸਾਰਾ ਹਾਲ ਦੱਸੂ ਇੱਥੇ ਦਾ ਠੀਕ ਹੈ ਜੀ ਕਲੀਅਰ ਹੋ ਗਿਆ ਸਾਰਾ ਕੁਛ ਥੈਂਕ ਯੂ ਸਾਰਿਆਂ ਨੂੰ 778-8965-28 ਮੈਸੇਜ ਕਰ ਦਿਓ ਜੇ ਲਿੰਕ ਨਹੀਂ ਮਿਲਦਾ ਪਿਆ ਵੈਸੇ ਤਾਂ ਉੱਤੇ ਹੀ ਪਾਇਆ ਫੋਲੋ ਕਰ ਲਓ ਤੇ ਅਪਲਾਈ ਕਰ ਸਕਦੇ ਨਿਊ ਫਾਊਂਡਲੈਂਡ ਦਾ ਕੋਈ ਠੱਗੀ ਨਹੀਂ ਕੋਈ ਪੈਸਾ ਨਹੀਂ ਤੁਹਾਤੋਂ ਲੈਣਾ ਉਹ ਨਹੀਂ 24 ਤਰੀਕ ਨੂੰ ਹੋਣਾ ਆ ਸੋ ਹੁਣ 24 ਤਰੀਕ ਤੋਂ 2-4 ਦਿਨ ਪਹਿਲਾਂ ਵੀਡੀਓ ਪਾਉਂਗੇ ਆਈ ਹੋਪ ਸਾਰਾ ਕਲੀਅਰ ਹੋ ਗਿਆ ਤੇ ਭੇਡਾਂ ਦੀ ਕਰਾ ਕੇ ਰੱਖਣੀ ਸ਼ੁਕਰੀਆ ਜੀ ਸ਼ੇਅਰ ਕਰ ਦਿਓ ਵੱਧੋ ਵੱਧ ਤਾਂ ਜੋ ਭਲਾ ਹੋ ਜੂ ਕਿਸੇ ਦਾ ਠੀਕ ਹੈ ਜੀ ਤੇ ਫੋਲੋ ਵੀ ਕਰ ਲਓ ਆਪਣਾ ਖਾਤਾ ਸ਼ੁਕਰੀਆ ਥੈਂਕ ਯੂ ਥੈਂਕ ਯੂ।